ਬਿਸਮਿਲ੍ਲਾਹਿ ਰਹਿਮਾਨ ਰਹੀਮ। ਅਸਲਾਮ ਅਲੈਕੁਮ ਮੀਕਾ ਦੀ ਮਿਹਰਬਾਨ ਭਾਈ, ਠੀਕ ਹੋਣਗੇ? ਅਸੀਂ ਦੁਆਨਾ ਸ਼ੁਰੂ ਕਰਦੇ। ਸ਼ੁਰੂ ਕਰਨ ਤੋਂ ਪਹਿਲੇ ਛੋਟੀ ਸੀ ਅਰਜ਼ਾ, ਜਿਸ ਭੈਣ ਭਾਅ ਨੇ ਮਹਾਂਵਾਲੇ ਦੀ ਬਲੌਗ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰ ਲੈਣ, ਬੈਲ ਦਾ ਬਟਨ ਲਾਜ਼ਮੀ ਪ੍ਰੈਸ ਕਰਨ ਕਿ ਆਉਣ ਵਾਲੀ ਹਰ ਵੀਡੀਓ ਭੈਣਾਂ ਭਾਈਆਂ ਤੱਕ ਬਰ ਵਕਤ ਪਹੁੰਚਦੀ ਰਹੇ। ਅੱਛਾ ਜੀ, ਵੀਡੀਓ ਕਿਸੇ ਤਰ੍ਹਾਂ ਦੀ ਆ, ਮਾਂ ਦੇ ਪਾਪਾ ਗਏ ਹੋਏ ਸੀ ਕੁਲਫੀਆਂ ਵੇਚ ਕੇ, ਮਾਸ਼ਾਅੱਲਾ ਸ਼ਾਮ ਨੂੰ ਆ ਗਏ ਸੀਗੇ ਅਤੇ ਰਾਸਤੇ 'ਚ ਜਾਂਦੇ ਹਨੇਰਾ ਹੋ ਗਿਆ ਅਤੇ ਨਾਲ ਹੀ ਫਿਰ ਗੱਡੀ ਪੈਂਚਰ ਹੋ ਗਈ, ਫਿਰ ਤੁਰ ਕੇ ਫਿਰ ਵਾਪਸ ਆਉਣਾ ਪਿਆ ਉਹਨਾਂ ਨੂੰ। ਜੀ, ਮੇਰੀ ਤਰਫ਼ੋਂ ਵੀ ਅਸਲਾਮ ਅਲੈਕੁਮ ਰਹਿਮਤੁਲਲਾਹ ਵਬਰਕਾਤੁਹ। ਅੱਛਾ ਜੀ, ਜੈਸਾ ਕਿ ਮੇਰੇ ਭੈਣ ਭਾਈ ਨੇ ਵੀਡੀਓ ਅਪਲੋਡ ਕੀਤੀ ਪਿਛਲੀ ਦੇਖੀ ਆ, ਅਤੇ ਅਸੀਂ ਅੱਜ ਵੀ ਉਲਾਵਾਂਗੇ ਕਿ ਕੱਲ੍ਹ ਆ ਜਿਹੜਾ ਹੁਣ ਟਾਈਮ ਹੈ, ਇਸ ਟਾਈਮ ਤੋਂ ਲੇਟ ਅਸੀਂ ਘਰੋਂ ਨਿਕਲੇ ਸੀ ਅਤੇ ਗਏ ਸੀ ਆਪਣੇ ਕੰਮ 'ਤੇ ਜਿੱਥੇ ਜਾ ਕੇ ਦੁੱਧ ਵਗੈਰਾ ਬਣਾਈਦਾ ਵਾ, ਅਤੇ ਰਸਤੇ ਜਿੱਦਾਂ ਮੈਂ ਗਿਆ ਮਗਰ ਰੋਜ਼ਾਨਾ ਮੈਨੂੰ ਰਸਤੇ ਹਨੇਰਾ ਕਾਫੀ ਹੋ ਗਿਆ, ਮੋਟਰਸਾਈਕਲ ਦਾ ਜਿਹੜਾ ਚੱਕਾ ਪਿਛਲੀ ਸਾਈਡ ਸੀਗੀ ਪੈਂਚਰ ਹੋ ਗਈ ਸੀਗੀ, ਫਿਰ ਉੱਥੇ ਖਲਾਇਆ, ਖਲਾ ਕੇ ਪੈਂਚਰ ਲਵਾਇਆ। ਰਾਤ ਦਾ ਸੀ ਇੱਕ ਜਿਹੜਾ ਲਾਉਣ ਵਾਲਾ ਸੀ, ਉਹ ਵੀ ਮਾਸ਼ਾਅੱਲਾ ਮੇਰੇ ਵਰਗਾ ਹੀ ਉੱਦਾਂ ਦਾ ਲੱਗਾ ਵੀ ਨਹੀਂ ਸਹੀ, ਜਿੱਥੇ ਪੈਂਚਰ ਲਾਉਣਾ ਸੀ ਉੱਥੇ ਥੋੜ੍ਹਾ ਸਾਈਡ 'ਤੇ ਲੱਗ ਗਿਆ। ਸਵੇਰੇ ਉੱਠ ਕੇ ਫਿਰ ਜਿਹੜੀ ਕੁਲਫੀ ਤਿਆਰੀ ਕੀਤੀ ਆਪਣੀ, ਇਸ ਪੇਟੀ ਦੀ ਤਿਆਰੀ ਕਰਕੇ ਉਹ ਭੈਣ ਭਾਈਆਂ ਨੇ ਮੈਂ ਵਿੱਚ ਦਿਖਾਵਾਂਗਾ, ਅਤੇ ਉਹ ਫਿਰ ਪੈਂਚਰ ਫਿਰ ਜਾ ਕੇ ਉੱਥੇ ਪੈਂਚਰ ਦੇ ਗਿਆ ਲਾ ਕੇ, ਅਤੇ ਅੱਜ ਜਿਹੜਾ ਨਾ ਬੜਾ ਪਰੇਸ਼ਾਨ ਹੋਇਆ, ਰਾਤੀ ਵੀ ਬੜੀ ਪਰੇਸ਼ਾਨੀ ਬਣੀ। ਹੁਣ ਬਾਕੀ ਤੋਤਾ ਆ ਕੇ ਵਿਹਲੇ ਹੋਏ, ਲੇਕਿਨ ਅੱਜ ਇੱਕ ਚੀਜ਼ ਦੀ ਸਮਝ ਨਹੀਂ ਆਈ ਮੈਨੂੰ, ਜਿਹੜੀ ਅੱਗੇ ਮੈਂ ਸੇਲ ਤਕਰੀਬਨ ਮਾਸ਼ਾਅੱਲਾ 3200 ਕਰਦਾ, ਅੱਜ ਮੇਰੀ ਵੀ ਸੇਲ ਹੋਈ ਹੈ ਟੋਟਲ 2100 ਰੁਪਈਆ। ਪਤਾ ਨਹੀਂ ਕੀ ਸਮਝ ਨਹੀਂ ਆਈ, ਜਾਂ ਮੇਰੀ ਜੇਬ 'ਚੋਂ ਪੈਸੇ ਡਿੱਗੇ ਆ, ਠੀਕ ਆ, ਸਾਈਡ ਵਾਲੀ ਜੇਬ 'ਚ ਸੀ, ਕਿਉਂਕਿ ਗਾਹ ਕੰਮ ਦਾ ਕੱਢਣੇ ਕਦੀ ਰੱਖਣੇ, ਉੱਥੋਂ ਡਿੱਗ ਪਏ। ਅੱਗੇ ਮੈਂ ਭਾਈ ਨੂੰ ਵੱਡੇ ਨੂੰ ਦੱਸਦਾ ਰਿਹਾ ਸੀ, ਕਹਿੰਦਾ ਤੂੰ ਬਸ ਸਿੱਟ ਲੈ ਕਿਤੇ, ਅਤੇ ਨੁਕਸਾਨ ਅੱਜ ਫਿਰ ਹੋ ਗਿਆ, ਯਾਨੀ ਕਿ ਇਸ ਕੱਲ੍ਹ ਦਾ ਸ਼ਟਾਰਾ ਦਾ ਸ਼ੁਰੂ ਹੋਇਆ ਅਤੇ ਹੁਣ ਤੱਕ ਨੁਕਸਾਨ ਹੀ ਨੁਕਸਾਨ ਆ। ਬਾਕੀ ਅੱਜ ਮਸਾਂ ਮੇਰਾ ਨਾ ਪੇਟੀ ਦਾ ਵੀ ਖਰਚਾ ਪੂਰਾ ਨਹੀਂ ਹੋਇਆ, ਜਿਹੜੀ ਬੱਚਤ ਕੀ ਸੀ ਸਾਰੀ ਦਿਹਾੜੀ ਗਰਮੀ ਦੇ ਵਿੱਚ ਹੀ ਮੱਤ ਵੱਜੀ ਰਹੀ। ਅਤੇ ਬਾਕੀ ਇੱਕ ਭੈਣਾਂ ਦੀ ਤਰਫਾਂ ਕੁਲਫੀਆਂ ਦਾ ਆਰਡਰ ਸੀਗਾ ਛੋਟਾ ਜਿਹਾ, ਅੱਲਾ ਪਾਲਾ ਨਾਲ ਤੰਦਰੁਸਤੀ ਸਿਹਤ ਦੇਵੇ, ਕੁਛ ਕੱਲ੍ਹ ਕੁਲਫੀਆਂ ਦਿੱਤੀਆਂ ਸੀਗੀਆਂ ਅਤੇ ਉਹ ਫੈਮਿਲੀ ਵਿੱਚ ਤਾਂ ਨਹੀਂ ਆਈ, ਲੇਕਿਨ ਅੱਜ ਇੱਕ ਸੀ ਉਹ 51 ਚੱਕ ਦੇ ਵਿੱਚ, ਉਹ ਵੀ ਮੈਂ ਦੇ ਕੇ ਆਇਆ ਵਾਂ, ਉਹਨਾਂ ਨੂੰ ਵੀ ਖਿਲਾਈਆਂ। ਅੱਲਾ ਪਾਕ ਉਹਨਾਂ ਦਿੱਤੀਆਂ ਹੋਈਆਂ ਕੁਲਫੀ ਆਪਣੀ ਪਰਿਵਾਰ ਲਈ ਸ਼ਬੂਲ ਕਰੇ ਜੀ, ਅੱਲਾ ਪਾਕ ਤੰਦਰੁਸਤੀ ਸਿਹਤ ਦੇ ਮੇਰੀ ਭੈਣਾਂ ਨੂੰ, ਅੱਲਾ ਪਾਕ ਦੀ ਭੈਣਾਂ ਦੇ ਬੱਚਿਆਂ ਨੂੰ ਤੰਦਰੁਸਤੀ ਸਿਹਤ ਦੇਵੇ। ਅਤੇ ਠੀਕ ਹੈ ਜੀ, ਤੁਸੀਂ ਆਪਣਾ ਸ਼ਾਮ ਟਾਈਮ ਹੋ ਗਿਆ ਖਾਣਾ ਬਣਾਓ, ਅੱਜ ਮੈਂ ਕੁਲਫੀ 'ਤੇ ਨਹੀਂ ਜਾਵਾਂਗਾ ਕਿਉਂਕਿ ਮੇਰੇ ਮੋਟਰਸਾਈਕਲ ਮੈਨੂੰ ਜਿਹੜੀ ਕਾਰ ਰਾਤ ਦੀ ਸਜ਼ਾ ਮਿਲੀ ਨਾ, ਮੋਟਰਸਾਈਕਲ ਤਾਂ ਮੇਰੀ ਬੱਸ ਹੋ ਗਈ, ਖਿੱਚ ਕੇ ਇੰਨਾ ਵਜ਼ਨ ਜੰਗਲਾਂ ਉੱਤੇ, ਅਤੇ ਪੇਟੀ ਉੱਥੇ ਹਨੇਰਾ ਸੀਗਾ, ਸੜਕ ਸਾਰੀ ਖਰਾਬ ਸੀ ਇਸ ਵਾਸਤੇ, ਅਤੇ ਹੁਣੇ ਵਿਹਲਾ ਹੈ ਅਤੇ ਅੱਜ ਫਿਰ ਮੈਂ ਦੁੱਧ ਵਾਲੇ ਨੂੰ ਕਿਹਾ ਵੀ ਸੁਬਹਾ ਕੁਛ, ਦੁੱਧ ਵਾਲੇ ਨੂੰ ਕਿਹਾ ਯਾਰ ਮੇਰੇ ਕੋਲ ਦੁੱਧ ਵੀ ਪੂਰਾ ਸੁਰਾ ਜਾਈਏ, ਅਤੇ ਮੈਂ ਫਿਰ ਆ ਵੀ ਥੋੜ੍ਹਾ ਜਿਹਾ ਮਿਸਟੇਕ ਕਰ ਗਿਆ, ਸੁਬਹਾ ਅੱਲਾ ਖੈਰ ਕਰੀ ਜਾਵਾਂਗੇ। ਅਤੇ ਅੱਜ ਦੀ ਦੇਰੀ ਕਰ ਛੁੱਟੀ ਕਿਉਂਕਿ ਬਹੁਤ ਪਰੇਸ਼ਾਨੀ ਬਣੀ ਰਾਤੀ ਮੈਨੂੰ, ਨਾ ਰਾਤੀ ਬਣ ਗਈ, ਸੁਬਹਾ ਉੱਠਦੇ ਹਾਂ ਫਿਰ ਇਹੀ ਕੰਮ ਬਣਿਆ, ਅਤੇ ਹੁਣ ਚੱਲਦੇ ਹਾਂ ਜੀ। ਬਾਕੀ ਬੇਟੀ ਅਸੀਂ ਲਾ ਲਈਏ ਕੁਲਫੀ ਦੀਆਂ, ਦੇਖ ਸਕਦੇ ਮੇਰੇ ਭੈਣ ਬਾਈ ਅਤੇ ਸਾਡਾ ਇਹ ਪਿਆ ਹੋਇਆ, ਠੀਕ ਉਸੇ ਅੱਡੇ 'ਤੇ ਉਸੇ ਜਗ੍ਹਾ 'ਤੇ, ਠੀਕ ਹੈ ਜੀ। ਲੇਕਿਨ ਰਾਤੀ ਵੀ ਸਾਡੀ ਲੇਟ ਆਉਣ ਦੀ ਵਜ੍ਹਾ ਨਾਲ ਪੱਥਰ ਸੜਕ ਟੁੱਟੀ ਆ, ਪੈਂਚਰ ਹੋ ਗਈ ਸੀ, ਰਾਤੀ ਪੈਂਚਰ ਲਵਾਇਆ, ਜੰਗਲਾ ਸਾਡਾ ਇਹ ਪਿਆ, ਠੀਕ ਹੈ ਜੀ। ਹੁਣ ਅਸੀਂ ਚੱਲਦੇ ਹਾਂ ਜੀ ਆਪਣੀ ਮੋਟਰਸਾਈਕਲ ਲੈ ਕੇ ਆਉਂਦੇ, ਫਿਰ ਉਹਦੇ ਰਾਹ 'ਚ ਲੈ ਕੇ ਚੱਲਦੇ ਹਾਂ ਕਿਉਂਕਿ ਪਰੇਸ਼ਾਨੀ ਇਸ ਚੀਜ਼ ਦੀ ਬਣ ਜਾਂਦੀ ਆ, ਜਿਸ ਟਾਈਮ ਲੇਟ ਸਲੇਟ ਹੋ ਜਾਂਦਾ, ਫਿਰ ਰਾਤ ਨੂੰ ਜਿਹੜੀ ਆ ਸੜਕ ਆ ਨਾ ਜਿਹੜੀ ਪੱਕੀ, ਅਗਲੀ ਸਾਡੀ ਵਾਲੀ ਸਾਈਡ ਸਾਰੀ ਟੁੱਟੀ ਪੱਥਰ ਆ, ਫਿਰ ਰਾਤੀ ਹਨੇਰੇ ਜਾਇਆ, ਅਤੇ ਪੈਂਚਰ ਰਾਤੀ ਵੀ ਲਵਾ ਕੇ ਆਇਆ, ਬਹੁਤ ਲੇਟ ਪਹੁੰਚਿਆ ਰਾਤੀ, ਅੱਧੀ ਰਾਤ ਆਣ ਕੇ ਦੁੱਧ ਬਣਾਇਆ, ਅਤੇ ਹੁਣ ਵੀ ਆ ਇਸ ਤਰ੍ਹਾਂ ਦਾ ਪੱਥਰ ਹੈ। ਅੱਛਾ ਜੀ, ਜਾ ਰਹੇ ਸੀ ਆਪਣਾ ਵਾਪਸੀ ਕੰਮ 'ਤੇ, ਸ਼ਾਮ ਪੈ ਚੁੱਕੀ ਆ, ਅਤੇ ਰਸਤੇ 'ਚ ਗਿਆ ਤਾਂ ਮੋਟਰਸਾਈਕਲ ਕੋਈ ਪੈਂਚਰ ਜਲਾਦ, ਸਾਹਮਣੇ ਰੋਡ ਚੱਲਦਾ ਪਿਆ, ਸ਼ੁਕਰ ਹੈ ਕਿ ਦੁਕਾਨ ਖੁੱਲ੍ਹੀ ਸੀ, ਮੋਟਰਸਾਈਕਲ ਦੁਕਾਨ 'ਤੇ ਗਏ ਪਹੁੰਚ, ਪੈਂਚਰ ਗਿਆ ਲੱਗ ਜੀ, ਠੀਕ ਹੈ ਜੀ, ਇਹ ਪਾਣੀ ਵਾਲਾ ਪਿਆ ਇੱਥੇ, ਪੈਂਚਰ ਲਾ ਦਿੱਤਾ ਵਾ, ਹੁਣ ਲੈ ਕੇ ਚੱਲਦੇ ਹਾਂ ਫਿਰ ਆਪਣੇ ਜੰਗਲਾ ਜੰਗਲਾ ਰੱਖ ਕੇ ਫਿਰ ਆਪਣਾ ਕਰਦੇ ਹਾਂ ਜੀ ਸਟਾਰਟ ਕੰਮ। ਅਤੇ ਇਹ ਜਾ ਦੇਖ ਸਕਦੇ ਹਾਂ ਇਸੇ ਟਾਇਰਾਂ ਵਗੈਰਾ, ਰਾਤੀ ਸੀ, ਰਾਤੀ ਵੀ ਨਹੀਂ ਲਵਾ ਕੇ ਆਇਆ ਪੈਂਚਰ, ਹੁਣ ਫਿਰ ਪੈਂਚਰ ਹੋ ਗਿਆ, ਠੀਕ ਹੈ ਜੀ, ਹੁਣ ਲੈ ਕੇ ਤੁਰਦੇ ਹਾਂ, ਖੈਰ ਕਰ ਜੀ।
ਸਾਨੂੰ ਹਨੇਰੇ 'ਚ ਲੇਟ ਆਉਣ ਦਾ ਘਰੋਂ ਆਉਣ ਦਾ ਮਕਸਦ ਇਹ ਹੁੰਦਾ ਕਿ ਪੱਥਰ ਦੇ ਉੱਤੋਂ ਹੀ ਆਉਣਾ ਹੁੰਦਾ। ਸੜਕ ਬੜੀ ਖਰਾਬ ਆ ਜਿਸ ਵਜ੍ਹਾ ਤੋਂ ਮੇਰੀ ਮਜਬੂਰੀ ਹੈ, ਮੈਂ ਮਜਬੂਰ ਰਿਕੁਐਸਟ ਭੈਣ ਭਾਈ ਅੱਗੇ ਰੱਖੀ ਸੀਗੀ, ਇਨਸ਼ਾਅੱਲਾ ਅੱਲਾ ਖੈਰ ਕਰ ਪੂਰੀ ਹੋ ਜਾਏਗੀ। ਚਲੋ ਜਦੋਂ ਹੋ ਜਾਏਗੀ ਤਾਂ ਸਾਡਾ ਕੰਮ ਵੀ ਸਿੱਧਾ ਹੋ ਜਾਏਗਾ, ਅਤੇ ਹੁਣ ਚੱਲਦੇ ਨੇ ਜਾ ਕੇ ਆਪਣਾ ਕੰਮ ਸਟਾਰਟ ਕਰਦੇ ਹਾਂ ਜੀ। ਅੱਛਾ ਜੀ, ਮੋਟਰਸਾਈਕਲ ਲੈਣ ਦਾ ਲਿਆ ਕੇ ਸਟੈਂਡ 'ਤੇ ਸੈੱਟ ਕਰ ਲਿਆ, ਕੁਲਫੀ ਤਿਆਰ ਹੁੰਦੀ ਜਾ ਰਹੀ ਹੈ ਜੀ, ਹੁਣ ਪਾਉਣਾ ਜਾ ਕੇ ਪੈਟਰੋਲ। ਠੀਕ ਹੈ ਜੀ, ਫਿਰ ਲੈ ਕੇ ਨਿਕਲਦੇ ਹਾਂ, ਲੇਟ ਤਾਂ ਜੀ ਬਹੁਤ ਹੋ ਗਿਆ ਕਿਉਂਕਿ ਮੋਟਰਸਾਈਕਲ ਦੀ ਵਜ੍ਹਾ ਤਾਂ, ਅਤੇ ਲੇਟ ਦੀ ਵਜ੍ਹਾ ਜਿਹੜਾ ਸਾਨੂੰ ਘਰੋਂ ਸ਼ਾਮ ਦੇ ਟਾਈਮ ਭੱਜਣਾ ਦਾ ਹਨੇਰੇ ਪਏ, ਸੜਕ ਖਰਾਬ ਦੀ ਵਜ੍ਹਾ ਤੋਂ ਰਾਤੀ ਵੀ ਪੈਂਚਰ ਅੱਧੀ ਰਾਤ ਪਹੁੰਚਿਆ ਅਤੇ ਹੁਣ ਫਿਰ ਲੇਟ ਬਹੁਤ ਹੋ ਗਿਆ। ਤਾਂ ਠੀਕ ਅੱਲਾ ਮਾਲਕ ਅੱਲਾ ਰੋਜ਼ੀ ਦੇਗਾ ਜੀ ਇਨਸ਼ਾਅੱਲਾ ਜੀ। ਇਹ ਸਾਈਡ ਦੇਖ ਲਓ ਕਣਕ ਸੀ ਕਿਸੇ ਵਕਤ 'ਚ, ਵਕਤ ਨਾਲ ਨਾਲ ਹੀ ਨਾ ਜੀ ਐਂ ਪੇਟੀ ਧੋ ਕੇ ਲੂਣ, ਇੱਥੇ ਇੱਦਾਂ ਪੇਟੀ ਸੀ ਲੂਣ ਵੀ ਜਿਹੜਾ ਪਾਉਂਦੇ ਗੈਸ ਬਣਾਉਂਦੀ ਆ, ਉਹ ਫਿਰ ਕੁਲਫੀ ਜੰਮਦੀ ਅਤੇ ਰੂਟਾਵੇਟਰ ਫਿਰਦਾ ਪਿਆ। ਰੂਟਾਵੇਟਰ ਫਿਰਨ ਤੋਂ ਬਾਅਦ ਇਹਦੇ ਵਿੱਚ ਕੋਈ ਛੱਟਾ ਦੇ ਦਿੱਤਾ ਵਾ, ਜਿਹੜਾ ਕਿ ਟਰੈਕਟਰ ਦੀ ਆਵਾਜ਼ ਆ ਰਹੀ, ਟਰੈਕਟਰ ਵੀ ਚੱਲ ਰਿਹਾ ਵਾ, ਕੁਝ ਬੀਜ ਦਿੱਤਾ ਇੱਥੇ, ਪਤਾ ਨਹੀਂ ਕਿਹੜੀ ਸ਼ਾਇਦ ਬੀਜੀ। ਆਈ ਸਾਈਡ 'ਤੇ ਤਿਲੀ ਬੀਜੀ ਗਈ ਹੈ ਜੀ, ਤਿਲੀ। ਠੀਕ ਹੈ ਜੀ, ਬਾਕੀ ਹਜੇ ਥੋੜ੍ਹਾ ਜਿਹਾ ਮੋਟਰਸਾਈਕਲ ਬਹਿ ਕੇ ਬਸ ਹੋ ਗਈ, ਥੱਕ ਹੋਇਆ ਪਿਆ, ਛੱਟਾ ਮਾਰਨ ਡਿਆ ਜੀ, ਵੀ ਦੇਖ ਸਕਦੇ ਮੇਰੇ ਮਨ ਭਾਈ। ਠੀਕ ਹੈ ਜੀ, ਵੀ ਸ਼ਾਇਦ ਬੀਜ ਰਿਹਾ ਵਾ, ਅਤੇ ਬਾਕੀ ਚੱਲਦੇ ਹਾਂ ਪਹਿਲੇ ਬਾਹਰ ਥੋੜ੍ਹਾ ਤੁਰ ਫਿਰ ਕੇ, ਨਾਲੇ ਆਪਣੇ ਭੈਣ ਭਾਈ ਨੂੰ ਵੀ ਸੈਰ ਕਰਾਉਂਦੇ ਹਾਂ, ਵਾਕ ਕਰਦੇ ਥੋੜ੍ਹੀ, ਮੇਰੀ ਬੱਸ ਹੋਈ ਵੀ ਮੋਟਰਸਾਈਕਲ ਚਲਾ ਕੇ ਕੁਛ ਕੱਲ੍ਹ ਜਿਹੜੀ ਮੋਟਰਸਾਈਕਲ ਹੈ ਨਾ ਪੈਂਚਰ ਨੇ ਕੰਮ ਖਰਾਬ ਕੀਤੇ ਦੀ ਵਜ੍ਹਾ ਨਾਲ, ਸੂਰਜ ਹੋ ਗਿਆ ਗਰੂਬ, ਇਹ ਵੀ ਕੁਲਵੀ ਵਾਲਾ ਭਰਾ ਆਉਣ ਡਿਆ ਕਿਵੇਂ ਕਿਵੇਂ ਕਰਦਾ ਜੀ। ਤਿੜੀ ਜਿਹੜੀ ਕਹਿ ਰਹੇ ਸੀ, ਇਸ ਸਾਈਡ 'ਤੇ ਤੇਲ ਵਾ ਆਪਣੇ ਮਕਾਨਾਂ ਦੀ ਬੈਕ ਸਾਈਡ 'ਤੇ, ਇਹ ਤੇਲ ਵਾ ਜੀ, ਇਹਨਾਂ ਨੂੰ ਪਾਣੀ ਵੀ ਲਾ ਦਿੱਤਾ ਹੋਇਆ, ਲੇਕਿਨ ਮੈਂ ਦੂਸਰੀ ਸਾਈਡ ਦੀ ਵੀ ਤਿਲੀ ਸਮਝਦਾ ਰਿਹਾ ਕਿਉਂਕਿ ਮੈਂ ਇੱਥੇ ਸਾਡੇ ਸਾਹਮਣੇ ਪਤਾ ਵਾ ਭੈਣ ਭਾਈਆਂ ਨੂੰ ਕਿ ਜਿੰਨਾ ਕੁ ਮੈਂ ਆਉਂਦਾ ਵਾਂ ਅਤੇ ਰਹਿੰਦਾ, ਸੁਬਾਹ ਨਿਕਲ ਜਾਈਦਾ ਵਾ ਅਤੇ ਸ਼ਾਮੀ ਆਉਂਦੇ ਫਿਰ ਵਾਪਸ ਮੁੜ ਜਾਂਦੇ। ਅਤੇ ਉਹ ਜਿਹੜੀ ਸਾਈਡ ਆ ਉਹ ਸਾਡੀ ਖਾਣਾ ਉੱਥੇ ਹੈਗੀ ਜੀ, ਹੋਰ ਚੀਜ਼ ਵੀ ਜੀ, ਇਹ ਹੈਗਾ ਜੀ ਲੱਸੂੜਾ, ਮਛਲਾ ਕਾਫੀ ਭਰਿਆ ਹੋਇਆ, ਦੇਖ ਪਲਣਾ ਥੋੜ੍ਹੇ ਬੜਾ ਹੋਰ ਹੁੰਦਾ ਨਾ, ਫਿਰ ਉੱਥੇ ਤੋੜਾਂਗੇ ਅਤੇ ਚਾਰ ਪਾਵਾਂਗੇ ਜੀ। ਚਲੋ ਕਿਸੇ ਟਾਈਮ ਸਾਲਣ ਵਗੈਰਾ ਨਹੀਂ ਹੁੰਦਾ ਅਤੇ ਚਾਰ ਨਾਲ ਵੀ ਰੋਟੀ ਖਾਧੀ ਜਾਂਦੀ। ਠੀਕ ਹੈ ਜੀ, ਹੈ ਛੋਟਾ ਜਿਹਾ ਹੀ ਆ ਬੂਟਾ, ਚਲੋ ਇੱਥੇ ਕਾਫੀ ਤੋੜਨ ਵਾਲੇ ਵੀ ਹੋਣਗੇ ਕਿਉਂਕਿ ਜ਼ਿੰਮੇਦਾਰ ਜਿੰਦਾ ਹੈਗਾ, ਉਹਨੇ ਵੀ ਤੋੜਨਾ, ਹੋਰ ਵੀ ਕਈ ਲੈ ਜਾਂਦੇ। ਅਤੇ ਇਸ ਚੀਜ਼ ਦੀ ਗੱਲ ਕਰ ਰਿਹਾ ਸੀ, ਇਹ ਹੈਗਾ ਜੀ ਨਰਮਾ ਕਪਾਹ, ਗੋਡੀਆਂ ਦੀ ਕੋਨੀ ਹੋਈ, ਇਹ ਹੈ ਜੀ ਕਪਾਹ। ਇਸ ਸਾਈਡ 'ਤੇ ਤਿੜੀ ਆ, ਇਸ ਸਾਈਡ 'ਤੇ ਕਪਾਹ ਵਾ ਜੀ, ਇਹ ਹੈ ਜੀ ਕਪਾਹ। ਠੀਕ ਹੈ, ਇਹ ਸਾਹਮਣੇ ਵਿੱਚ ਜੀ ਅੰਬ ਦਾ ਬੂਟਾ, ਅੰਬੀਆਂ ਵੀ ਕਾਫੀ ਲੱਗੀਆਂ ਹੋਈਆਂ, ਮਛਲਾ ਕਾਫੀ ਫਲ ਲੱਗਾ ਵਾ, ਛੋਟਾ ਜਿਹਾ ਬੜਾ ਚੁੱਕਿਆ ਪਿਆ। ਬਾਕੀ ਜਿਹੜੀ ਕਪਾਹ ਵਾ ਇਹਦੇ 'ਚ ਕਾਫੀ ਜ਼ਿਆਦਾ ਜਿਹੜਾ ਕਿ ਡੀਲਾ ਅਸੀਂ ਵੀ ਬੋਲ ਲੈਂਦੇ ਹਾਂ, ਬਾਕੀ ਦੂਸਰੀ ਜ਼ਬਾਨ 'ਚ ਵਾਲੇ ਵੀ ਗੰਦ ਕਾਫੀ ਹੋਇਆ ਵਾ। ਇਹ ਝਾੜ ਜਿਹੜੀ ਸਫਾਈ ਕਰਨ ਵਾਸਤੇ ਸਪਰੇਆਂ ਹੁੰਦੀਆਂ ਵਾ ਸਾੜਨ ਵਾਸਤੇ, ਉਹ ਮੰਨ ਕੇ ਸਾਫ਼ ਹੋ ਗਿਆ। ਸਾਹਮਣੇ ਜੀ ਕੋ ਬਜ਼ੁਰਗਾਂ ਦੀ ਕਬਰ ਆ, ਸਾਡੇ ਤੋਂ ਪਹਿਲੇ ਦੀਆਂ, ਸਾਡੀ ਹੋਸ਼ ਤੋਂ ਵੀ ਪਤਾ ਨਹੀਂ ਇੱਥੇ ਕਿਹੜੇ ਲਾਲੇ ਪਏ ਨੇ ਜੀ। ਅਤੇ ਕਾਫੀ ਚੰਗੀ ਬੱਜੀ ਛਾਂ ਆ, ਜੰਨਤ ਹੀ ਬਣੀ ਪਈ ਹੈ ਜੀ। ਅਤੇ ਅੰਗੂਰਾਂ ਦਾ ਵੀ ਬੂਟਾ ਨਾਲ ਆ ਗਿਆ ਫਾਰਮ। ਠੀਕ ਆ ਜੀ, ਅਤੇ ਇਸ ਸਾਈਡ 'ਤੇ ਆ ਗਈ ਜੀ ਪੱਠੇ ਜ਼ਿਮੀਂਦਾਰਾਂ ਦੇ, ਹੈਗਾ ਜੀ ਬਾਜਰਾ, ਇਹਨੂੰ ਬਾਜਰਾ ਕਿਹਾ ਜਾਂਦਾ ਕਿ ਉੱਪਰ ਡੇਰਾ ਸ਼ਰਮੇ ਤਰ੍ਹਾਂ ਦੇ, ਬਾਜਰਾ ਆ ਗਿਆ ਜੀ। ਚੱਲਦੇ ਪਏ ਹਾਂ ਉਸ ਸਾਈਡ 'ਤੇ, ਆਵਾਜ਼ ਆਈ ਹੈ ਅਤੇ ਡੋਗੀ ਵੀ ਬੋਲਿਆ ਡੇਰੇ ਵਾਲਿਆਂ ਦਾ। ਐਸ ਖਜੂਰ ਦੀਆਂ ਜੀ ਇਸ ਤਰ੍ਹਾਂ ਅਸੀਂ ਉੱਚੀ ਟਾਂਗੀ ਟੂੰਗੀ ਨਾ, ਮੈਂ ਤਾਂ ਖੈਰ ਨੀਵੀਂ ਨੀਵੀਂ ਵੱਢਦਾ ਹੁੰਦਾ, ਉੱਤੋਂ ਜਾ ਕੇ ਲੰਮੀ ਟਾਂਗੀ ਹੋਵੇ ਤਾਂ ਵੱਢੀ ਸਕਦੇ। ਖਜੂਰ ਦੀ ਜਿਹੜੀ ਮੈਂ ਛੋਟੀਆਂ ਵੱਢ ਕੇ ਵੀ ਛੋਟੇ ਛੋਟੇ ਟੋਟੇ ਕਰੀਦੇ ਆ, ਟੋਟੇ ਕਰਨ ਤੋਂ ਬਾਅਦ ਫਿਰ ਅਸੀਂ ਉਹਦੀ ਛੁਰੀ ਦੇ ਨਾਲ ਛਿੱਲ ਕੇ ਸਾਫ਼ ਸੁਥਰੀ ਕਰਕੇ ਉਹਦੀ ਤੀਰ ਬਣਾਉਂਦੇ ਹਾਂ ਕੁਲਫੀ ਵਾਸਤੇ ਜੀ। ਇਹ ਸ਼ੈੱਡ ਆ ਜੀ ਮੁਰਗੀ ਖਾਨੇ, ਲੇਕਿਨ ਮੁੱਦਤਾਂ ਹੀ ਹੋ ਗਈਆਂ ਇੱਥੇ ਮੁਰਗੀ ਪਾਈ ਕੋਈ ਨਹੀਂ, ਜਦੋਂ ਪੈਂਦੀਆਂ ਸੀ ਪੈਂਦੀਆਂ, ਉਸ ਤੋਂ ਬਾਅਦ
ਕੋਈ ਸ਼ੈ ਨਹੀਂ ਪਾਈ ਹੋਈ, ਹੁਣ ਖਾਲੀ ਪਿਆ ਬਿਲਕੁਲ ਆਜ਼ਾਦ ਹੀ ਆ। ਇੱਥੇ ਕਿੱਥੇ ਕਿਤੇ ਚਾੜਦੇ ਪਤਾ ਨਹੀਂ ਕਿਤੇ ਚੜ੍ਹਨਾ। ਅੱਗੋਂ ਵੀ ਆ ਰਹੀ ਗੱਡੀ ਟਰੈਕਟਰ ਦੀ। ਅੱਛਾ ਜੀ, ਅੱਗੇ ਆ ਗਈਆਂ ਜੀ ਇਹ ਭਿੰਡੀ, ਠੀਕ ਹੈ ਜੀ। ਕੱਦੂ, ਕੱਦੂਆਂ ਨੇ ਫੁੱਲ ਕਾਫੀ ਚੱਕੇ ਹੋਏ ਨੇ ਦੇਖ ਸਕਦੇ ਮੇਰੇ ਭੈਣ ਬਾਈ। ਅਤੇ ਕੱਦੂ ਸ਼ਰੀਫ ਛੋਟਾ ਜਿਹਾ ਲੱਗਾ ਹੋਇਆ। ਅੱਗੇ ਆ ਗਿਆ ਜੀ ਲੋਬੀਆ, ਠੀਕ ਹੈ ਜੀ। ਅਤੇ ਮੌਲਵੀ ਸਾਹਿਬ ਸਲਾਦ ਪੜ੍ਹਦੇ ਪੈਣੇ ਜੀ। ਵੀਡੀਓ ਦਾ ਵੀ ਇੱਥੇ ਹੀ ਐਂਡ ਕਰਦੇ ਹਾਂ ਜੀ। ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ। ਅੱਲਾ ਹਾਫਿਜ਼।